ਜਨਾਬੇ ਅਲੀ ਸੋਹਣੀ ਜਦੋਂ ਚਨਾਹ ਦੇ ਉੱਤੇ ਗਏ ਯਾਰ ਨੂੰ ਮਿਲਣ ਵਾਸਤੇ, ਦੇਖਣ ਲੱਗੀ ਤੇ ਕੱਚਾ ਘੜਾ ਪਿਆ। ਸੋਹਣੀ ਨੇ ਸੋਚਿਆ ਜੇ ਪਿੱਛੇ ਮੁੜ ਗਈ ਤਾਂ ਇਸ਼ਕ ਨੂੰ ਲਾਜ ਲੱਗਦੀ ਆ। ਕੱਚਾ ਘੜਾ ਚੱਕਿਆ, ਸੀਨੇ ਨਾਲ ਲਾ ਕੇ ਦਰਿਆ 'ਚ ਛਾਲ ਮਾਰ ਦਿੱਤੀ। ਜਦੋਂ ਛਾਲ ਮਾਰੀ, ਘੜਾ ਖੁਰ ਗਿਆ, ਸੋਹਣੀ ਨੂੰ ਗੋਤੇ ਆਉਣੇ ਸ਼ੁਰੂ ਹੋ ਗਏ। ਇੱਕ ਜਾਂਦੀ ਵਾਰ ਦਾ ਆਪਣੇ ਯਾਰ ਨੂੰ ਆਵਾਜ਼ਾਂ ਮਾਰਦੀ ਆ, ਭਲਾ ਬਈ ਸ਼ਫੀ ਤੁੰਬੇ ਵਾਲਿਆ ਕਿਸ ਤਰ੍ਹਾਂ ਆਵਾਜ਼ਾਂ ਮਾਰਦੀ ਆ। ਯਾਰ
ਜਨਾਬੇ ਅਲੀ ਸੱਸੀ ਦੇ ਕੋਲੋਂ ਉੱਠਾਂ ਵਾਲੇ ਪੁੰਨਣ ਚੱਕ ਕੇ ਲੈ ਗਏ। ਸੁਬਾਹ ਹੋਈ ਉੱਠ ਕੇ ਦੇਖਣ ਲੱਗੀ ਉੱਠਣਾ ਉੱਠਾਂ ਵਾਲੇ। ਸੱਸੀ ਆਪਣੇ ਯਾਰ ਦੇ ਮਗਰ ਭੱਜੀ ਤੁਰੀ ਜਾਂਦੀ ਆ, ਥਲਾਂ ਦੇ ਵਿੱਚ ਚਲੇ ਗਈ। ਚਾਲੀ ਚਾਲੀ ਕੋਹ ਦਾ ਮੈਦਾਨ ਆ ਗਿਆ, ਸੂਰਜ ਉਸੇ ਤਰ੍ਹਾਂ ਸਿਰ ਤੇ ਆ ਗਿਆ, ਰੇਤਾ ਤਪਣੀ ਸ਼ੁਰੂ ਹੋ ਗਈ। ਥਲਾਂ ਦੇ ਵਿੱਚ ਆਪਣੇ ਮਾਹੀ ਨੂੰ ਆਵਾਜ਼ਾਂ ਮਾਰਦੀ ਆ, ਭਲਾ ਵੀ ਰਫੀਕ ਜੋੜੀ ਵਾਲਿਆ ਕਿਵੇਂ ਆਵਾਜ਼ਾਂ ਮਾਰਦੀ ਆ।
ਪਿੱਛੇ ਨਹੀਂ ਆਉਂਦੇ ਮੁੜ ਕੇ। ਹੁਣ ਜਨਾਬ ਦੱਸਣ ਵਾਲਾ ਦੱਸਦਾ ਤੇ ਦੀਵਾਨੀ ਸੁਣਦੀ ਆ ਸ਼ਰੀਫ ਸਰਸ਼ਮੀਰ ਵਾਲਿਆ ਕਿਸ ਤਰ੍ਹਾਂ ਸੁਣਦੀ ਆ। ਔਖੀਆਂ ਰਾਵਾਂ ਇਸ਼ਕ ਦੀਆਂ ਜਾ ਪੁੱਛਣਾ ਤੇ ਸਿਰ ਦਾਰ ਕੀ ਕਹੇ ਯਾਰ।
ਸੀਗਾ ਵੀ ਮੇਰਾ ਪੁੱਤਰ ਕਿੱਥੇ ਗਿਆ, ਪਤਾ ਸਿਰਫ ਇੰਨਾ ਸੀਗਾ ਕਿ ਢੋਲ ਸਹੁਰਿਆਂ ਨੂੰ ਗਿਆ ਆ। ਉਧਰ ਬਾਅਦ ਦੇ ਵਿੱਚ ਢੋਲ ਦੇ ਚਾਚੇ ਨੇ ਅਹਿਮ ਦਿਖਾਣੇ ਨੇ, ਤੇ ਜਦੋਂ ਢੋਲ ਦਾ ਬਾਤ ਫੌਤ ਹੋ ਗਿਆ, ਦੁਨੀਆਂ ਤੋਂ ਰੁਖਸਤ ਹੋ ਗਿਆ, ਉਹਨੇ ਜਨਾਬ ਤਖ਼ਤ ਖੋਲਿਆ, ਢੋਲ ਦੀ ਮਾਂ ਨੂੰ ਧੱਕੇ ਮਾਰ ਕੇ ਮਹੱਲਾ ਤੋਂ ਬਾਹਰ ਕੱਢ ਦਿੱਤਾ। ਤੇ ਉਸੇ ਵੇਲੇ ਰਾਣੀ ਕੁੰਡਾ ਕਹਿਣ ਲੱਗੀ ਅਹਿਮ ਦਿਖਾਣੇ ਨੂੰ ਕਿ ਜੇ ਮੇਰਾ ਢੋਲ ਆ ਗਿਆ ਤੇਰੇ ਕੋਲੋਂ ਗਿਣ ਗਿਣ ਕੇ ਬਦਲੇ ਲਊਗਾ। ਇਕੱਲਾ ਅੱਗੇ ਦੁਆ ਕਰਦੀ ਆ ਤੇ ਢੋਲ ਨੂੰ ਵੀ ਕਹਿੰਦੀ ਆ ਵੀ ਸੋਹਣਿਆ ਕਿਤੇ ਵਾਪਸ ਮੁੜ ਕੇ ਆ ਜਾ, ਭਲਾ ਬਈ ਸ਼ਫੀ ਨਨਕਾਣੇ ਵਾਲਿਆ ਕਿਸ ਤਰ੍ਹਾਂ ਦੁਆ ਮੰਗਦੀ ਆ। ਸੋਹਣਿਆ ਵੇ, ਢੋਲ ਸੋਹਣਿਆ ਵੇ,
ਹੀਰ ਨੂੰ ਜਦੋਂ ਖੇੜੇ ਵਿਆਹ ਕੇ ਲੈ ਗਏ, ਰਾਂਝੇ ਨੇ ਟਿੱਲੇ ਤੋਂ ਕੰਨ ਪੜਵਾ ਕੇ ਬਾਗਾਂ ਚ ਡੇਰੇ ਲਾ ਲੈ ਤੇ 37 ਹੋਰ ਕੁੜੀਆਂ ਖੇੜਿਆਂ ਦੀਆਂ ਪਾਣੀ ਭਰਨ ਵਾਸਤੇ ਬਾਗ ਚ ਆਈਆਂ। 37 ਨੇ ਜਦੋਂ ਜੋਗੀ ਦੀ ਸ਼ਕਲ ਦੇਖੀ ਤਾਂ ਖੁਸ਼ ਹੋ ਗਈ। ਭੱਜੀ ਭੱਜੀ ਹੀਰ ਨੂੰ ਆ ਕੇ ਦੱਸਦੀਆਂ ਨੀ, ਭਾਬੀ ਇੱਕ ਜੋਗੀ ਬਾਗਾਂ ਦੇ ਵਿੱਚ ਆਇਆ, ਜੇ ਉਹਦੀ ਤੂੰ ਜ਼ਿਆਰਤ ਕਰ ਲਵੇ ਤੇਰੇ ਸਾਰੇ ਦੁੱਖ ਕੱਟੇ ਜਾਣਗੇ। ਹੁਣ ਜਨਾਬ 37 ਦੱਸਦੀ ਆ ਤੇ ਹੀਰ ਸੁਣਦੀ ਆ, ਭਲਾ ਕਿਵੇਂ ਦੱਸਦੀ ਆ? ਉਹ ਜੋਗੀ ਦੇ ਮੋਢੇ ਉੱਤੇ
ਦੇਖ ਦੇਖ ਕੇ ਉਸ ਜੋਗੀ ਨੂੰ ਹੋ ਗਈ ਮਹਿਮਤ ਵਾਲੀ ਜਗ ਤੂੰ ਸੋਹਣ ਜੋਗੀ ਦਾ ਰੂਪ ਸਮਾਇਆ ਜਗ ਤੂੰ ਸੋਹਣਾ ਜੋਗੀ ਸੋਹਣਿਆ ਮੈਂ ਤਨ ਮਨ ਤੇਰੇ ਉੱਤੇ ਦੀਵਾਰ ਦਿੱਤਾ। ਇੱਕ ਪਿਆਰ ਦੀਆਂ ਗੱਲਾਂ ਕਰਦੇ ਆ, ਭਲਾ ਕਿਵੇਂ ਗੱਲਾਂ ਕਰਦੇ ਆ। Amen।
ਸਹੇਲੀਆਂ ਇਕੱਠੀਆਂ ਹੋ ਕੇ ਬੈਠੀਆਂ। ਇੱਕ ਸਹੇਲੀ ਬਹੁਤ ਪਰੇਸ਼ਾਨ ਤੇ ਸਹੇਲੀਆਂ ਪੁੱਛਣ ਲੱਗੀਆਂ ਨੇ, ਸਹੇਲੀਆਂ ਜੀ ਕੀ ਹੋਇਆ? ਉਹਨਾਂ ਦੱਸਦੀਆਂ ਨੇ, ਸਹੀ ਹੋ ਮੈਂ ਕੀ ਦੱਸਾਂ, ਮੇਰੇ ਮਾਹੀ ਨੇ ਇੱਕ ਪਿਆਰ ਦੀ ਮੈਨੂੰ ਇੱਕ ਨਿਸ਼ਾਨੀ ਦਿੱਤੀ ਸੀਗੀ ਗੱਲ ਦੀ ਗਾਨੀ, ਉਹ ਮੇਰੀ ਟੁੱਟ ਗਈ, ਮੋਤੀ ਘੱਟੇ ਵਿੱਚ ਰੁੱਲ ਗਏ। ਹੁਣ ਜਨਾਬ ਸਹੇਲੀਆਂ ਨੂੰ ਦੱਸਦੀ ਆ, ਭਲਾ ਵੀ ਰਫੀਕ ਜੋੜੀ ਵਾਲਿਆ ਕਿਸ ਤਰ੍ਹਾਂ ਦੱਸਦੀ ਆ, ਮੇਰੇ ਅੱਜ
ਸੌ ਮੈਨੂੰ ਉਹਦੇ ਪਿਆਰ ਦੀ, ਸੌ ਮੈਨੂੰ ਉਹਦੇ ਪਿਆਰ ਦੀ, ਮਿਹਰਬਾਨ। ਇੱਕ ਬੰਦਾ ਕਿਸੇ ਦੇ ਮਹੱਲ ਦੇਖ ਕੇ ਤੇ ਦਿਲ ਚ ਸੋਚਦਾ ਯਾ ਮੌਲਾ ਮੈਨੂੰ ਤਾਂ ਸਾਈਕਲ ਵੀ ਨਹੀਂ ਦਿੱਤਾ, ਤੇ ਉਹ ਜਾਣੀਏ ਗੱਲ ਦਿਲ ਚ ਸੋਚਦਾ ਕੋਲਾ ਦਾ ਬੰਦਾ ਆ ਗਿਆ, ਕਹਿੰਦਾ ਕੀ ਦੇਖਦਾ, ਕਹਿੰਦਾ ਜੀ ਇਹ ਵੀ ਇਨਸਾਨ ਹੀ ਆ ਦੁਨੀਆਂ ਤੇ ਆਏ, ਮੈਂ ਵੀ ਇਨਸਾਨ ਹੀ ਆ, ਮੇਰੇ ਪਾਸ ਤਾਂ ਇੱਕ ਸਾਈਕਲ ਵੀ ਹੈ ਨੀ, ਇਹਨਾਂ ਕੋਲ ਗੱਡੀਆਂ ਕਾਰਾਂ, ਤੇ ਮੈਂ ਇਸੇ ਤਰ੍ਹਾਂ ਦੁਨੀਆਂ ਤੇ ਫਿਰਦਾ। ਅੱਲਾ ਦਾ ਬੰਦਾ ਕਹਿਣ ਲੱਗਾ ਅੱਲਾ ਦੇ ਆ ਬੰਦਿਆ, ਅੱਲਾ ਦੀ ਜ਼ਾਤ ਜਿੱਥੇ ਵੀ ਰੱਖੇ ਉੱਥੇ ਖੁਸ਼ ਰਹਿਣਾ ਚਾਹੀਦਾ, ਸ਼ਾਇਦ ਅੱਲਾ ਦੀ ਜ਼ਾਤ ਤੇਰੇ ਇਸੇ ਗੁਰਬਤ ਤੇ ਰਾਜ਼ੀ ਆ, ਭਲਾ ਕਿਵੇਂ ਦੱਸਦਾ।
सवेर का उठना अवादत विच लिखा जाता कि शहर बंद करके दसदा भला किवें दसदा Sony.
ਕਿੱਥੇ ਇਸ਼ਕ ਮਜਾਜ਼ੀ ਦਾ ਹੋਵੇ ਝਗੜਾ ਅੱਗ ਲੂਠ ਜਾਂਦੇ ਵੱਡੇ ਦਾਨਿਆਂ ਦੀ ਵੱਡੇ ਇਸ਼ਕ ਦੇ ਛੁੱਟਣ ਨਾ ਸਾਈਂ ਲੋਕਾਂ ਕਹਿੰਦੀ ਛੁੱਟ ਜਾਂਦੇ ਜੇਲ ਖਾਨਿਆਂ ਦੀ ਨਿਮਾਏ ਮੇਰੀ ਅੱਖ ਲੜ ਗਈ ਮੈਂ ਇਸ਼ਕ ਦੀ ਮੇਰੀ ਚੜ ਗਈ ਸਹੇਲੀਆਂ ਨੂੰ ਲੈ ਕੇ ਰਲਮਿਲ ਕੁੜੀਆਂ ਜਨਾਬ ਨਏ ਨਏ ਕੱਪੜੇ ਪਹਿਨ ਕੇ ਇੱਕ ਜੋਗੀ ਨੂੰ ਦੇਖਣ ਵਾਸਤੇ ਆਉਂਦੀਆਂ, ਭਲਾ ਕਿਵੇਂ ਦੇਖਦੀਆਂ? ਜੋਗੀ ਨੂੰ
ਦੇਵ